ਇਟਲੀ ਦੇ ਵਿੱਚ ਜੋ ਇਮੀਗ੍ਰੇਸ਼ਨ ਖੋਲਦੀ ਹੈ ਜੀ ਉਹਦੇ ਉੱਤੇ ਬਹੁਤ ਨਵੇਂ ਅਪਡੇਟ ਆਉਣ ਜਾ ਰਹੇ ਹੈ ਜੀ ਇਟਲੀ ਦੀ ਸਰਕਾਰ 23 ਤਰੀਕ ਨੂੰ ਇੱਕ ਮੀਟਿੰਗ ਕਰਨ ਜਾ ਰਹੀ ਹੈ ਜਿਸ ਦੇ ਵਿੱਚ ਜਿਹੜਾ ਕੋਟਾ ਸਿਸਟਮ ਉਸ ਨੂੰ ਬਦਲਿਆ ਜਾਵੇਗਾ ਇਸ ਟਾਈਮ ਜਿਹੜਾ ਕੋਟਾ ਸਿਸਟਮ ਹੈ ਜੀ ਨੈਸ਼ਨਲ ਲੈਵਲ ਤੇ ਹੁੰਦਾ ਕਿ ਇਟਲੀ ਦੇ ਵਿੱਚ ਐਨੇ ਬੰਦਿਆਂ ਦਾ ਕੋਟਾ ਤੇ ਉਹਦੇ ਵਿੱਚ ਐਨੇ ਬੰਦੇ ਫਲਾਣੇ ਨੂੰ ਤੇ ਐਨੇ ਬੰਦੇ ਫਲਾਣੇ ਸੈਕਟਰ ਨੂੰ ਦਿੱਤੇ ਜਾਂਦੇ ਹੁਣ ਜਿਹੜੀ ਗੱਲ ਆ ਦੱਸਿਆ ਜਾ ਰਿਹਾ ਕਿ ਇਸ ਕੋਟੇ ਸਿਸਟਮ ਦਾ ਜਿਹੜਾ ਫਾਇਦਾ ਚੱਕਿਆ ਜਾਂਦਾ ਏਜੰਟਾਂ ਦੇ ਵੱਲੋਂ ਇਹ ਜਿਹੜੇ ਫਾਇਦੇ ਚੱਕੇ ਜਾਂਦੇ ਆ ਕਲਿਕਡੇ ਵਾਲੇ ਦਿਨ ਜਿਹੜੇ ਬੰਦੇ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਦੇ ਵਿੱਚ ਆ ਜਾਂਦੀਆਂ ਜਿਹੜੇ ਮਾਲਕਾਂ ਨੂੰ ਬੰਦਿਆਂ ਦੀ ਲੋੜ ਆ ਹੁਣ 23 ਤਰੀਕ ਨੂੰ ਜਿਹੜਾ ਗੌਰਵਰਨਮੈਂਟ ਦੀਸ ਜਿਹੜੀ ਸਰਕਾਰ ਦੀ ਇੱਕ ਮੀਟਿੰਗ ਹੋਣੀ ਹੈ ਜਿਹਦੇ ਵਿੱਚ ਇਹ ਦੱਸਿਆ ਜਾਣਾ ਕਿ ਜੋ ਕੋਟਾ ਸਿਸਟਮ ਆ ਇਹ ਸਟੇਟ ਬਾਈ ਸਟੇਟ ਕੀਤਾ ਜਾਵੇਗਾ ਹਰ ਸਟੇਟ ਦੇ ਵਿੱਚ ਕਿੰਨੇ ਬੰਦਿਆਂ ਦੀ ਲੋਡ ਹੈ ਉਸ ਹਿਸਾਬ ਦੇ ਨਾਲ ਕੋਟਾ ਜਾਰੀ ਕੀਤਾ ਜਾਵੇਗਾ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਕੰਪਨੀਆਂ ਦੇ ਏਰੀਆ ਦੇ ਵਿੱਚ ਜੇਕਰ ਬੰਦਿਆਂ ਦੀ ਲੋਡ 5 ਤੋਂ 7000 ਦੀ ਹੈ ਤਾਂ ਉਸ ਏਰੀਆ ਦੇ ਵਿੱਚ 20000 ਬੰਦਿਆਂ ਦਾ ਦਮੰਦਾ ਕੀਤਾ ਜਾਂਦਾ ਬਕਾਇਦਾ ਚੈਕਿੰਗਾ ਕੀਤੀਆਂ ਜਾਣਗੀਆਂ ਕਿ ਜਿਹੜੇ ਬੰਦੇ ਪੇਪਰ ਭਰ ਰਹੇ ਨੇ ਮਾਲਕ ਕੀ ਉਹਨਾਂ ਨੂੰ ਬੰਦਿਆਂ ਦੀ ਲੋਡ ਹੈ ਕੰਟਰੈਕਟਾਂ ਦੇ ਕਾਪੀਆਂ ਤੇ ਹੁਣ ਜਿਹੜੀ ਹੈ ਸ਼ਾਨ ਬੀਣ ਚੈਕਿੰਗਾ ਜਿਹੜੀਆਂ ਸਰਕਾਰ ਨੇ ਜ਼ਿਆਦਾ ਕਰ ਦੇਣੀਆਂ ਕਿਨ ਦਾ ਭਾਵ ਜੀ ਏਜੰਟਾਂ ਦਾ ਕੰਮ ਉਹ ਕੰਮ ਨੂੰ ਥੱਪ ਕਰਨ ਲੱਗੀ ਹੈ ਸਰਕਾਰ ਸਰਕਾਰ ਨੇ ਹੁਣ ਚੈਕਿੰਗ ਜਿਹੜੀ ਜ਼ਿਆਦਾ ਕਰ ਦੇਣੀ ਹੈ ਇਸ ਕਰਕੇ ਹੁਣ ਏਜੰਟਾਂ ਦੇ ਦਿਨ ਥੋੜੇ ਅਸੀਂ ਕਹਿ ਸਕਦੇ ਹਾਂ ਰਹਿ ਜਾਣੇ ਆ ਸਰਕਾਰ ਥੋੜਾ ਜਿਆਦਾ ਲੰਬੇ ਹੱਥੀ ਇਹਨਾਂ ਦੇ ਵੱਲ ਹੁਣ ਹੋਣ ਜਾ ਰਹੀ ਹੈ 23 ਤਰੀਕ ਨੂੰ ਪਤਾ ਲੱਗ ਜਾਣਾ ਜੀ ਕਿ ਕੋਟਾ ਸਿਸਟਮ ਸਰਕਾਰ ਨੇ ਖਤਮ ਕਰਨਾ ਜਾਂ ਫਿਰ ਜਿਸ ਏਰੀਆ ਦੇ ਵਿੱਚ ਲੋਡ ਹੈ ਹੁਣ ਸਾਡੇ ਇਸ ਏਰੀਏ ਦੇ ਵਿੱਚ ਜੀ ਅੰਗੂਰ ਚੱਲਣ ਲੱਗੇ ਆ ਇਧਰ ਟਮਾਟਾ ਚੱਲਣ ਲੱਗੇ ਆ ਇਧਰ ਫਲਾਨਾ ਚ ਚੱਲਣ ਲੱਗਾ ਤਾਂ ਉਹ ਸਿਚੁਏਸ਼ਨ ਦੇ ਸਹਾਰ ਨਾਲ ਸਰਕਾਰ ਕਹਿ ਸਕਦੀ ਹੈ ਵੀ ਤੁਸੀਂ ਆਪਣੇ ਬੰਦਿਆਂ ਦੇ ਪੇਪਰ ਭਰੋ ਕਹਿਣ ਦਾ ਮਤਲਬ ਇੱਕ ਦਿਨ ਦੇ ਵਿੱਚ ਹੀ ਕੋਟਾ ਖਾਲੀ ਨਹੀਂ ਹੋਵੇਗਾ ਸਰਕਾਰ ਇਸ ਤਰ੍ਹਾਂ ਦਾ ਕੰਮ ਕਰੂਗੀ ਕਿ ਜਿਸ ਟਾਈਮ ਬੰਦਿਆਂ ਦੀ ਲੋੜ ਹੋਵੇ ਬੰਦੇ ਆਪਣੇ ਬੁਲਾ ਸਕਦੇ ਆ ਮਾਲਕ ਇੰਡੀਆ ਤੋਂ ਪਾਕਿਸਤਾਨ ਤੋਂ ਏਸ਼ੀਆ ਤੋਂ ਜਿਸ ਏਰੀਏ ਤੋਂ ਵੀ ਮਗਵਾਣਾ ਹੋਵੇ ਤਾਂ ਅਫਰੀਕਾ ਤੋਂ ਬੰਦੇ ਨੂੰ ਪੇਪਰਾਂ ਤੇ ਬੁਲਾ ਕੇ ਜਦੋਂ ਵੀ ਲੋਡ ਹੋਵੇ ਬੰਦੇ ਬਲਾਓ ਕੰਮ ਕਰਾਓ ਉਸ ਤੋਂ ਬਾਅਦ ਕਾਗਜ਼ੀ ਤੌਰ ਤੇ ਉਹ ਬੰਦੇ ਵਾਪਸ ਜਾਣ ਸਰਕਾਰ ਦੇਖਦੀ ਹੈ ਜੀ ਕੀ ਕਰਦੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਅਪਡੇਟ ਜ਼ਰੂਰ ਕਰਾਂਗੇ